ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਮਾਹਲਪੁਰ ਗੜਸ਼ੰਕਰ ਚੱਬੇਵਾਲ ਦੇ ਨੌਜਵਾਨਾਂ ਵੱਲੋਂ ਦਸਤਾਰ ਚੇਤਨਾ ਮਾਰਚ 'ਚ ਕੱਢਿਆ ਜਾ ਰਿਹਾ, ਸਮੇਂ ਦੀ ਬੜੀ ਵੱਡੀ ਲੋੜ ਹੈ। ਇਹ ਚੇਤਨਤਾ ਸਾਰੇ ਸਮਾਜ ਦੇ ਵਿੱਚ ਪਹੁੰਚਣੀ ਚਾਹੀਦੀ ਹੈ, ਕਿਉਂਕਿ ਦਸਤਾਰ ਸਿਰਫ ਸਿੱਖ ਧਰਮ ਨਾਲ ਹੀ ਸੰਬੰਧਿਤ ਨਹੀਂ, ਇਹ ਅਕਾਲ ਪੁਰਖ ਦੀ ਪਛਾਣ ਹੈ, ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿੱਚ ਦੱਸਦੇ ਨੇ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਉਸ ਅਕਾਲ ਪੁਰਖ ਨੂੰ ਵੀ ਜਦੋਂ ਦਰਸਾਇਆ ਗਿਆ, ਉਸ ਦੇ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਨੂੰ ਕੇਸਾਂ ਵਾਲਾ ਦੱਸਿਆ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਸੋ ਇਸ ਕਰਕੇ ਸਾਰੇ ਸੰਸਾਰ ਦੇ ਵਿੱਚ ਦਸਤਾਰ ਦੀ ਚੇਤਨਾ ਉਜਾਗਰ ਕਰਨਾ ਬਹੁਤ ਵੱਡਾ ਉੱਦਮ ਹੈ। ਇਹ ਨੌਜਵਾਨ ਇਸੇ ਤਰ੍ਹਾਂ ਹੀ ਰਹਿਣ, ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਹਰ ਸਾਲ ਇਹ ਨੌਜਵਾਨ ਉੱਦਮ ਕਰਦੇ ਨੇ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਸਤਿਗੁਰੂ ਰਹਿਮਤ ਕਰਨ, ਇਹ ਕਾਫਲਾ ਹੋਰ ਵੱਡਾ ਹੁੰਦਾ ਜਾਵੇ। ਇਸ ਅਵਸਰ 'ਤੇ ਮੈਂ ਸਾਰੇ ਹੀ ਨੌਜਵਾਨਾਂ ਨੂੰ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼ਹੀਦਾਂ ਸਿੰਘਾਂ ਦੇ ਅਸਥਾਨ ਦੇ ਉੱਤੇ ਸ਼ਾਮਿਲ ਸਮੂਹ ਦਸਤਾਰ ਚੇਤਨਾ ਮਾਰਚ ਦੇ ਵਿੱਚ ਸ਼ਾਮਿਲ ਹੋਣ ਆਏ ਨੌਜਵਾਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੈ ਅਤੇ ਇਸ ਗੱਲ ਦਾ ਮਾਣ ਵੀ ਆ ਕਿ ਹਰ ਸਾਲ ਇਹ ਨੌਜਵਾਨ ਰਲ ਮਿਲ ਕੇ ਇਹ ਦਸਤਾਰ ਚੇਤਨਾ ਮਾਰਚ ਕੱਢਦੇ ਹੈ। ਪਿਛਲੇ ਸਾਲਾਂ ਦੇ ਵਿੱਚ ਇਹ ਦਸਤਾਰ ਚੇਤਨਾ ਮਾਰਚ ਜਿਹੜਾ ਮੋਟਰਸਾਈਕਲਾਂ ਦੇ ਉੱਤੇ ਹੁਸ਼ਿਆਰਪੁਰ ਤੋਂ ਆਰੰਭ ਹੋ ਕੇ ਇੱਥੇ ਆ ਕੇ ਸਮਾਪਤ ਹੁੰਦਾ ਸੀ, ਪਰ ਇਸ ਵਾਰ ਅਸੀਂ ਬਹਿ ਕੇ ਸਾਰਿਆਂ ਨੇ ਇਹ ਵਿਚਾਰ ਕੀਤਾ ਅਤੇ ਨੌਜਵਾਨਾਂ ਨੇ ਸਾਰਾ ਸੁਝਾਅ ਮੰਨਿਆ ਕਿ ਆਪਾਂ ਇਹ ਪੈਦਲ ਮਾਰਚ ਜਿਹੜਾ ਇਹ ਮਾਹਲਪੁਰ ਸ਼ਹਿਰ ਦੇ ਵਿੱਚ ਕੱਢਣਾ ਹੈ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਜਪਦਿਆਂ ਨੇ ਇਹ ਜਿਹੜਾ ਦਸਤਾਰ ਮਾਰਚ ਆ ਇਹ ਸਾਰਾ ਹੀ ਸਮਾਪਤੀ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਹੋਣੀ ਆ। ਸੋ ਅਸੀਂ ਰਲ ਮਿਲ ਕੇ, ਮੈਂ ਬਹੁਤਾ ਕੁਝ ਨਾ ਕਹਾਂ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ, ਅਸੀਂ ਸਮੁੱਚੇ ਹੀ ਨੌਜਵਾਨਾਂ ਨਾਲ ਰਲ ਕੇ ਸਾਡੀ ਕੋਸ਼ਿਸ਼ ਆ ਕਿ ਜਿਹੜੇ ਨੌਜਵਾਨ ਸਾਡੇ ਵਿਰਸੇ ਨਾਲੋਂ ਟੁੱਟ ਚੁੱਕੇ ਆ, ਦਸਤਾਰ ਨਾਲੋਂ ਟੁੱਟ ਚੁੱਕੇ ਆ, ਇਹ ਨੌਜਵਾਨ ਇਹ ਵੀ ਅਸਰ ਵੀ ਹੁਣ ਖੜ੍ਹੇ ਸਾਰੇ ਖੜ੍ਹੇ ਆ ਜਿਹੜੇ ਦਸਤਾਰਾਂ ਦੇ ਕੈਂਪ ਵੀ ਪਿੰਡਾਂ ਦੇ ਵਿੱਚ ਲਾਉਂਦੇ ਦਸਤਾਰ ਸਿਖਾਲਣ ਦੇ। ਸੋ ਬੜੇ ਧੰਨਵਾਦੀ ਹੈ ਇਹਨਾਂ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੂਰੇ ਆਪਣੇ ਇਲਾਕੇ ਦੇ ਵਿੱਚ ਅਲੱਗ ਅਲੱਗ ਪਿੰਡਾਂ ਦੇ ਵਿੱਚ ਦਸਤਾਰ ਸਜਾਉਣ ਦਾ ਜਿਹੜਾ ਕੈਂਪ ਆ ਉਹ ਵੀ ਹਰ ਪਿੰਡ ਦੇ ਵਿੱਚ ਲਗਾਵਾਂਗੇ। ਸਾਡੀ ਇਹ ਸਮੁੱਚੀ ਕੋਸ਼ਿਸ਼ ਹੈ ਨੌਜਵਾਨਾਂ ਰਲ ਕੇ, ਮਹਾਰਾਜ ਕਿਰਪਾ ਕਾਰਨ ਬਹੁਤਾ ਕੁਝ ਨਾ ਕਹਿੰਦਾ ਹੋਇਆ ਇਹੋ ਹੀ ਬੇਨਤੀ ਕਰਦਾ ਕਿ ਬਿਲਕੁਲ ਅਸੀਂ ਡਿਸਿਪਲਨ ਦੇ ਵਿੱਚ ਚੱਲਣਾ ਹੈ, ਕਿਸੇ ਨੇ ਸਾਡੇ ਇਸ ਮਾਰਚ ਦੇ ਨਾਲ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਸਾਰਿਆਂ ਨੇ ਬਹਿ ਕੇ ਫੈਸਲਾ ਕੀਤਾ ਕਿ ਆਪਾਂ ਡਿਸਿਪਲਨ 'ਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਦਿਆਂ ਨੇ ਇਹ ਮਾਰਚ ਦੇ ਵਿੱਚ ਸ਼ਾਮਿਲ ਹੋਣਾ। ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਇੱਕ ਵਾਰ ਫਿਰ ਸਮੁੱਚੇ ਨੌਜਵਾਨਾਂ ਨੂੰ, ਸਮੁੱਚੇ ਇਲਾਕੇ ਨੂੰ ਇਹ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਚਕਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।